ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਹੋਏ ਨਜ਼ਰ ਆ ਰਹੇ ਨੇ। ਅਜਿਹੀਆਂ ਜ਼ਮੀਨੀ ਹਕੀਕਤਾਂ ਜਿਹੜੀਆਂ ਨੇ ਮਾਮਲੇ ਲਗਾਤਾਰ ਬਿਆਨ ਕਰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਲੁਟੇਰਿਆਂ ਦੇ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਜਿਹੜਾ ਹੈ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਉਹਨਾਂ ਦੇ ਵੱਡੇ ਨੁਕਸਾਨ ਕੀਤੇ ਜਾਂਦੇ ਨੇ। ਤਾਜ਼ਾ ਮਾਮਲਾ ਫਗਵਾੜਾ ਤੋਂ ਸਾਹਮਣੇ ਆ ਰਿਹਾ ਹੈ। ਫਗਵਾੜਾ ਦੇ ਵਿੱਚ ਦੇਰ ਰਾਤ ਡਿਊਟੀ ਤੋਂ ਵਾਪਸ ਪਰਤ ਰਹੇ ਹੁੰਦੇ ਨੇ ਕੁਝ ਵਿਅਕਤੀ ਤੇ ਜਿਨ੍ਹਾਂ ਨੂੰ ਰਸਤੇ ਦੇ ਵਿੱਚ ਹਥਿਆਰਾਂ ਦੀ ਨੋਕ ਤੇ ਰੋਕ ਕੇ ਜਿਹੜਾ ਉਹਨਾਂ ਦੇ ਕੋਲੋਂ ਨਕਦੀ ਤੇ ਮੋਬਾਈਲ ਫੋਨਸ ਜਿਹੜੇ ਖੋਹ ਲਏ ਜਾਂਦੇ ਨੇ। ਦੱਸ ਦਿੰਦੇ ਹਾਂ ਤੁਹਾਨੂੰ ਕਿ ਓਮਕਾਰ ਜਮਾਲਪੁਰ ਜਿਹੜੀ ਫੈਕਟਰੀ 'ਚ ਕੰਮ ਕਰ ਰਹੇ ਹੁੰਦੇ ਨੇ ਵਿਅਕਤੀ ਰਾਤ ਦੇ ਵੇਲੇ ਵਾਪਸ ਘਰੇ ਪਰਤ ਰਹੇ ਹੁੰਦੇ ਨੇ ਤਾਂ ਤਿੰਨ ਬੰਦੇ ਜਿਹੜੇ ਨੇ ਬਾਈਕਾਂ 'ਤੇ ਸਵਾਰ ਹੋ ਕੇ ਆਉਂਦੇ ਨੇ। ਹਥਿਆਰਾਂ ਸਮੇਤ ਚਾਰ ਬੰਦਿਆਂ ਨੂੰ ਨਿਸ਼ਾਨਾ ਬਣਾਉਂਦੇ ਨੇ। ਜਿਹੜੇ ਚਾਰ ਬੰਦੇ ਆਪਣੇ ਕੰਮ ਕਰਨ ਤੋਂ ਬਾਅਦ ਵਾਪਸ ਘਰ ਪਰਤ ਰਹੇ ਹੁੰਦੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਇਹਨਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਚਾਰਾਂ ਬੰਦਿਆਂ ਦੇ ਕੋਲੋਂ ਫੋਨ ਖੋਲੇ ਜਾਂਦੇ ਨੇ ਅਤੇ ਇਸ ਤੋਂ ਇਲਾਵਾ ਪੈਸੇ ਜਿਹੜੇ ਉਹਨਾਂ ਦੇ ਕੋਲ ਹੁੰਦੇ ਨੇ ਤਾਂ ਪੈਸੇ ਵੀ ਜਿਹੜੇ ਖੋਲੇ ਜਾਂਦੇ ਨੇ। ਦੱਸ ਦਿੰਦੇ ਹਾਂ ਤੁਹਾਨੂੰ ਕਿ ਫਗਵਾੜੇ ਦਾ ਮਾਮਲਾ ਹੈ, ਵਿਕਟੋਰੀਆ ਸਕੂਲ ਦੇ ਅੱਗੇ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇਹਨਾਂ ਲੁਟੇਰਿਆਂ ਦੇ ਵੱਲੋਂ ਇਹ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਤੇ ਇਸ ਮਾਮਲੇ ਦੇ ਵਿੱਚ ਪੀੜਿਤ ਵਿਅਕਤੀਆਂ ਦੇ ਵੱਲੋਂ ਜਿਹੜਾ ਹੈ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਜਿਹੜਾ ਹੈ ਅਤੇ ਪੁਲਿਸ ਦੇ ਵੱਲੋਂ ਲੁਟੇਰਿਆਂ ਦੀ ਭਾਲ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ। ਕੀ ਨਾਮ ਆਪਣਾ? ਮੇਰਾ ਨਾਮ ਬਲਵਿੰਦਰ ਸਿੰਘ। ਹਾਂਜੀ ਸਰ, ਕੀ ਮਾਮਲਾ, ਕੀ ਇੰਡਸਟਰੀ ਜਿਹੜੀ ਅੱਜ ਚੌਂਕੀ ਹੈ? ਇੱਦਾਂ ਜੀ, ਮੇਰੀ ਫੈਕਟਰੀ ਹੈਗੀ ਡੀ ਟੀ ਰੋਡ ਜਮਾਲਪੁਰ, ਓਮਕਾਰ ਇੰਜੀਨੀਅਰ, ਅਤੇ ਰਾਤ ਦੇ ਸਮੇਂ ਵਰਕਰ ਘਰ ਰੋਟੀ ਲਾਉਣ ਗਏ ਸੀਗੇ। ਨਾਈਟ ਲੱਗ ਰਹੀ ਸੀਗੀ ਅਤੇ ਵਿਕਟੋਰੀਆ ਸਕੂਲ ਦੇ ਕੋਲ ਨੌਜਵਾਨ ਆਪਣੇ ਮੁੰਡੇ ਆਏ ਆ ਕਿ ਮੋਟਰਸਾਈਕਲਾਂ 'ਤੇ, ਅਤੇ ਰੋਟੀ ਖਾ ਕੇ ਵਾਪਸ ਆ ਰਹੇ ਸੀਗੇ। ਉਹਨਾਂ ਨੇ ਕਿਰਪਾਨਰ ਨਾਲ ਹਮਲਾ ਕੀਤਾ ਅਤੇ ਇਹਨਾਂ ਕੋਲੋਂ ਮੋਬਾਈਲ ਅਤੇ ਪੈਸੇ ਵਗੈਰਾ ਖੋਲ੍ਹੇ ਆ। ਪੈਸੇ ਕਿੰਨੇ ਖੋਲ੍ਹੇ ਸਰ? ਪੈਸੇ ਇਹਨਾਂ ਕੋਲ ਹੋਣੇ ਆ 2000 ਰੁਪਈਆ ਮੇਰਾ ਖਿਆਲ, ਸਾਰੇ ਕੋਲ ਰਲਮਾ ਕੇ। ਮੋਬਾਈਲ ਸਾਰਿਆਂ ਦੇ? ਮੋਬਾਈਲ ਸਾਰਿਆਂ ਦੇ ਖੋਲ੍ਹੇ। ਕਿੰਨੇ ਵਿਅਕਤੀਆਂ ਕੋਲ ਮੋਬਾਈਲ ਖੋਏ ਗਏ? 4 ਸੀਗੇ, 4 ਕੋਲ ਮੋਬਾਈਲ ਸੀਗੇ, 4 ਨੇ ਮੋਬਾਈਲ ਖੋਲ੍ਹੇ ਆ ਅਤੇ ਨਾਲੇ ਇਹਨਾਂ ਦੇ ਸੱਟਾਂ ਮਾਰੀਆਂ ਜੀ ਕਾਫੀ ਉਹਨਾਂ ਨੇ। ਅਤੇ ਮਤਲਬ ਕਿ ਇਹਨਾਂ ਦੇ ਮਤਲਬ ਕਿ ਕੋਈ ਹੈ ਮਤਲਬ ਕਿ ਨਾਮ ਵਗੈਰਾ ਬੰਦਿਆਂ ਦੇ ਤੁਹਾਡੇ? ਹਾਂਜੀ, ਨਾਮ ਹੈਗੇ ਜੀ, ਇੱਕ ਦਾ ਨਾਮ ਵਿਨੋਦ ਕੁਮਾਰ ਹੈ ਜੀ, ਇੱਕ ਹੈਗਾ ਧੀਰਜ, ਅਤੇ ਇੱਕ ਹੈਗਾ ਆ ਆਪਣਾ ਕੀ ਕਹਿੰਦੇ ਹੁੰਦੇ ਆ ਬੂਡਨ ਆ, ਇੱਕ ਨਾ ਰਮੇਸ਼ ਕੁਮਾਰ ਆ। ਮਤਲਬ ਅਤੇ ਲੁੱਟ ਖੋਹ ਕਿੱਥੇ ਕੋਈ ਇਹਨਾਂ ਦੀ? ਇਹ ਵਿਕਟੋਰੀਆ ਸਕੂਲ ਦੇ ਕੋਲ ਜੀ। ਵਿਕਟੋਰੀਆ ਸਕੂਲ ਦੇ? ਉਹ ਕੱਤੇ ਸੀਗੇ ਬੰਦੇ? ਉਹ ਮੋਟਰਸਾਈਕਲਾਂ 'ਤੇ ਸੀਗੇ ਜੀ। ਅਤੇ ਮੂੰਹ ਸਿਰ ਲਪੇਟੇ ਸੀ ਉਹਨਾਂ ਨੇ? ਹਾਂਜੀ ਹਾਂਜੀ। ਕੋਈ ਪਹਿਚਾਣ ਵਗੈਰਾ ਹੋਈ ਉਹਨਾਂ ਦੀ? ਕੋਈ ਪਹਿਚਾਣ ਨਹੀਂ ਹੋਈ ਜੀ। ਪੁਲਿਸ ਸੂਚਨਾ ਦੇ ਦਿੱਤੀ ਜੀ? ਹਾਂਜੀ ਹਾਂਜੀ, ਦਰਖਾਸਤ ਦੇ ਦਿੱਤੀ ਜੀ ਅਸੀਂ। ਆਪਣਾ ਸ਼ੁਭ ਨਾਮ ਕੀ ਜੀ? ਮੇਰਾ ਨਾਮ ਬਲਵਿੰਦਰ ਸਿੰਘ ਜੀ। ਆਪਣਾ? ਬੁੱਟਣੇ ਆ ਤੋਂ। ਹਾਂਜੀ, ਬੁੱਟਣੇ ਆ ਤੋਂ। ਅਤੇ ਕੀ ਮਾਮਲਾ ਕੀ ਆ ਜੀ ਜਿਹੜਾ ਇੰਡਸਟਰੀ ਏਰੀਆ ਹੈ ਚੌਂਕੀ? ਸਰ ਜੀ, 8:30 ਵਜੇ ਰੋਟੀ ਖਾਣੇ ਬੰਦੇ ਆਉਂਦੇ ਸੀ, 4 ਬੰਦੇ ਸੀਗੇ। ਉਹ ਰੋਟੀ ਖਾਣੇ ਜਦੋਂ ਵਿਕਟੋਰੀਆ ਸਕੂਲ ਕੇ ਪਾਸ ਆਏ, ਉਦੋਂ ਉੱਥੇ ਪਿੱਛੇ 3-2 ਬਾਈਕ ਨੇ 6 ਮੁੰਡੇ ਆਏ, ਉਹਨਾਂ ਕੋਲ ਕਿਰਪਾਨਾਂ ਸੀਗੀਆਂ, ਇੱਕ ਸਟੀਲ ਦਾ ਰੱਡ ਸੀਗਾ। ਇਹਨਾਂ ਨੂੰ ਪਹਿਲੇ ਆ ਕੇ ਪਿੱਛੇ ਕੰਧਾ ਆਹੀ ਸੀਗਾ ਫੜ ਕੇ, ਤਾਂ ਉਹਨਾਂ ਨੇ ਵਜਾਇਆ ਪਹਿਲੇ ਬੰਦਿਆਂ ਨੂੰ। ਉਹਨਾਂ ਕੋਲ ਜੋ ਵੀ ਸੀਗਾ ਮੋਬਾਈਲ ਅਤੇ ਪੈਸੇ ਸੀਗੇ ਉਹ ਖੋਲ੍ਹੇ। ਖਾਤੇ ਸੀਗੇ ਉਹ ਬੰਦੇ? ਬਾਈਕ 'ਤੇ ਸੀਗੇ, 2 ਬਾਈਕ 'ਤੇ 3-3 ਬੰਦੇ ਸੀਗੇ। ਅਤੇ ਮੂੰਹ ਸਿਰ ਲਪੇਟੇ ਸੀ? ਮੂੰਹ ਬਣਿਆ ਸੀਗਾ। ਹੈਂ? ਹਾਂ। ਅਤੇ ਤੁਹਾਡੇ ਕੋਲ ਕਿੰਨਾ ਕੁ ਲੈ ਗਿਆ ਨੁਕਸਾਨ? ਤੁਹਾਡਾ ਕਿੰਨਾ ਕੁ ਹੋ ਗਿਆ? ਦੋ ਰੈਡਮੀ ਦਾ ਮੋਬਾਈਲ ਲਗਾ, ਇੱਕ ਸੈਮਸੰਗ ਦਾ ਸੀਗਾ, ਬਾਕੀ ਰੋਟੀ ਦੇ ਪੈਸੇ 500। ਕੋਈ ਕੈਸ਼ ਵੀ ਸੀਗਾ ਤੁਹਾਡੇ ਕੋਲ? ਹਾਂ। ਕਿੰਨੇ ਕੁ ਸੀਗੇ ਕੈਸ਼? ਇੱਕ ਮੁੰਡੇ ਕੋਲ 500 ਸੀਗਾ, ਇੱਕ ਮੁੰਡੇ ਕੋਲ 700 ਕੁ 800। ਅਤੇ ਕਿੰਨੇ ਕੁ ਵਜੇ ਹੋਈ ਵਾਰ ਦਾ ਰਾਤ? 8:30 ਵਜੇ ਹੋਈ। 8:30 ਵਜੇ ਰਾਤ? ਹਾਂ। ਅਤੇ ਕਿਹੜੀ ਫੈਕਟਰੀ ਕੰਮ ਕਰਦੇ ਸੀ? ਓਮਕਾਰ ਜਮਾਲਪੁਰ। ਜਮਾਲਪੁਰ? ਕਿੰਨੇ ਵਿਅਕਤੀ ਸੀਗੇ ਟੋਟਲ ਤੁਸੀਂ? ਅਸੀਂ 4 ਬੰਦੇ ਸੀਗੇ। ਅਤੇ ਨਾਈਟ ਡਿਊਟੀ ਲੱਗਦੀ ਸੀ? ਹਾਂਜੀ ਹਾਂਜੀ, ਰਾਤ ਲੱਗਦੀ। ਓਵਰ ਟਾਈਮ ਸੀਗਾ ਜਾਂ ਨਾਈਟ ਡਿਊਟੀ? ਨਹੀਂ, ਨਾਈਟ ਡਿਊਟੀ ਲੱਗੇ ਸੀਗੀ, ਓਵਰ ਟਾਈਮ 'ਤੇ ਹੀ ਸੀਗੇ, ਜਿੱਦਾਂ ਰਾਤ ਲੱਗਦੀ ਆ ਛੁੱਟੀ ਵਾਲੇ ਦਿਨ ਸੀ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲ੍ਹਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਓਪੋਜ਼ਿਟ ਬੱਸ ਸਟੈਂਡ, ਫਗਵਾੜਾ।